देंदा जो तेरे चेहरे वरगाया ना मैनू लगदा रहिंदा मैं जवान तेरे वरगा। सिद्धू मूसेवाला दी बरसी मौके रागी सिंह वालों गाए गए सिद्धू मूसेवाला दे गीत दा ए वीडियो हर थां खूब वायरल हो रहा है ते हर कोई सिद्धू मूसेवाला नूं याद कर रहा है। सिद्धू मूसेवाला दी पहली बरसी 19 मार्च नूं मनाई जा रही है। इस तों पहलां सिद्धू मूसेवाला दे कई वीडियो सोशल मीडिया ते वायरल हो रहे हन। हर कोई सिद्धू मूसेवाला नूं याद करके भावुक हो रहा है। इसी विचाले हुण इक रागी सिंह दा वीडियो वायरल हो रहा है। इस वीडियो विच रागी सिंह सिद्धू मूसेवाला दे गीत मां मैनू लगदा रहंदा मैं जमा तेरे वर्गा हां गाउंदे हुए नजर आ रहे हन। इस रागी सिंह ने बहुत ही वैरागमयी तरीके दे नाल इस गीत नूं गाया है जिस नूं सुन के हर कोई भावुक हो रहा है। सब नूं माफी देंदा जो तेरे चेहरे वरगाया मां मैनू लगदा रहंदा मैं जमा तेरे वरगाया। कई बारी बापू वांगू दुनिया ते हरख जा आदा मा। इस वीडियो नो सोशल मीडिया ते काफी पसंद कीता जा रहा है। सिद्धू मूसेवाला बेशक साडे दरमियान मौजूद नहीं हन पर वो अपने गीता दे जरिए हमेशा ही साडे दिलां च आउंदे रहणगे। सिद्धू मूसेवाला ने अपने छोटे जे म्यूजिक करियर च कई हिट गीत पंजाबी इंडस्ट्री नु दित्ते हन। इन्हां गीतां दे नाल विश्व पद्धर ते उन्हां ने अपनी पहचान बनाई। ਤੁਹਾਨੂੰ ਦੱਸ ਦੇ ਕਿ ਬੀਤੇ ਦਿਨੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ। ਇਸ ਵੀਡੀਓ ਦੇ ਵਿੱਚ ਬਲਕੌਰ ਸਿੰਘ ਸਾਈਕਲ ਚਲਾਉਂਦੇ ਹੋਏ ਅਤੇ ਫੋਨ ਤੇ ਗੱਲ ਕਰਦੇ ਨਜ਼ਰ ਆਏ ਸੀ। ਸਿੱਧੂ ਮੂਸੇਵਾਲਾ ਦੇ ਪਿਤਾ ਦੀ ਇਸ ਵੀਡੀਓ ਨੂੰ ਵੇਖ ਫੈਨਸ ਉਹਨਾਂ ਦੇ ਸਾਗੀ ਪਰੇ ਅੰਦਾਜ਼ ਦੀਆਂ ਵੀ ਤਾਰੀਫਾਂ ਕਰ ਰਹੇ ਸਨ। ਤੁਹਾਨੂੰ ਦੱਸ ਦੇ ਕਿ ਅੱਜ ਵੀ ਸਿੱਧੂ ਮੂਸੇਵਾਲਾ ਦੇ ਫੈਨਸ ਤੇ ਇੰਡਸਟਰੀ ਦੇ ਕਈ ਸਟਾਰ ਸਿੱਧੂ ਦੇ ਘਰ ਉਹਨਾਂ ਦੇ ਮਾਤਾ ਪਿਤਾ ਨੂੰ ਮਿਲਣ ਪਹੁੰਚਦੇ ਹਨ। ਬੀਤੇ ਦਿਨੀ ਪੰਜਾਬੀ ਫੇਮਸ ਡਾਂਸਰ ਵੀ ਸਿੱਧੂ ਦੇ ਪਿਤਾ ਨੂੰ ਮਿਲਣ ਉਹਨਾਂ ਦੇ ਘਰ ਪਹੁੰਚੀ ਸੀ। ਸਿੱਧੂ ਮੂਸੇਵਾਲਾ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਸਿੱਧੂ ਮੂਸੇਵਾਲਾ ਦਾ ਹਰ ਗੀਤ ਉਹਨਾਂ ਦੀ ਜ਼ਿੰਦਗੀ ਦੀ ਸੱਚਾਈ ਨੂੰ ਬਿਆਨ ਕਰਦਾ ਸੀ। ਸਿੱਧੂ ਦੇ ਗੀਤਾਂ ਵਿੱਚ ਹਕੀਕਤ ਛੁਪੀ ਹੁੰਦੀ ਸੀ ਤੇ ਉਹ ਆਪਣੇ ਗੀਤਾਂ ਰਾਹੀਂ ਆਪਣੇ ਵਿਰੋਧੀਆਂ ਨੂੰ ਅਕਸਰ ਜਵਾਬ ਦਿੰਦੇ ਨਜ਼ਰ ਆਉਂਦੇ ਸੀ। ਇੱਥੋਂ ਤੱਕ ਕਿ ਸਿੱਧੂ ਦੇ ਆਖਰੀ ਗੀਤ ਦ ਲਾਸਟ ਰਾਈਡ ਦੇ ਬੋਲ ਹੂ ਬਹੂ ਸਿੱਧੂ ਦੀ ਮੌਤ ਦੀ ਵਾਰਦਾਤ ਨਾਲ ਮੈਚ ਕਰਦੇ ਸੀ ਤੇ ਸਿੱਧੂ ਦੀ ਮੌਤ ਤੋਂ ਬਾਅਦ ਸਿੱਧੂ ਦੇ ਇਸ ਆਖਰੀ ਗੀਤ ਨੂੰ ਸੁਣ ਕੇ ਹਰ ਕੋਈ ਹੈਰਾਨ ਵੀ ਸੀ। ਬੀਤੇ ਕੁਝ ਟਾਈਮ ਪਹਿਲਾਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਤਮਾਮ ਫੈਨਸ ਨੂੰ ਦੱਸਿਆ ਸੀ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਉਹਨਾਂ ਦੇ ਪੁੱਤਰ ਦੀ ਯਾਦ ਵਿੱਚ ਇੱਕ ਵੱਡਾ ਕਦਮ ਚੁੱਕਣ ਜਾ ਰਹੇ ਹਨ। ਜਲਦ ਹੀ ਸਿੱਧੂ ਮੂਸੇਵਾਲਾ ਦੇ ਲਾਈਵ ਸ਼ੋਅ ਹੋਲੋਗ੍ਰਾਮ ਤੇ ਸ਼ੁਰੂ ਹੋਣਗੇ। ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਲਗਾਤਾਰ ਆਪਣੇ ਬੇਟੇ ਦੇ ਲਈ ਇਨਸਾਫ ਦੀ ਮੰਗ ਕਰ ਰਹੇ ਹਨ। ਬੀਤੇ ਕੁਝ ਟਾਈਮ ਪਹਿਲਾਂ ਉਹ ਖਾਲਸਾ ਏਡ ਦੇ ਮੁਖੀ ਕੋਲ ਵੀ ਪਹੁੰਚੇ ਸੀ ਤੇ ਸਰਕਾਰ ਤੋਂ ਵੀ ਲਗਾਤਾਰ ਇਨਸਾਫ ਦੀ ਮੰਗ ਕਰ ਰਹੇ ਹਨ। ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੀ ਮਾਂ ਨੇ ਬੀਤੇ ਕੁਝ ਦਿਨ ਪਹਿਲਾਂ ਇਹ ਬੇਨਤੀ ਵੀ ਕੀਤੀ ਸੀ ਕਿ ਉਹਨਾਂ ਦੇ ਬੇਟੇ ਦੇ ਗਾਣੇ ਲੀਕ ਨਾ ਕੀਤੇ ਜਾਣ। ਉਹਨਾਂ ਦਾ ਕਹਿਣਾ ਸੀ ਕਿ ਇੱਕੋ ਇੱਕ ਜ਼ਰੀਆ ਹੈ ਸਿੱਧੂ ਮੂਸੇਵਾਲਾ ਨੂੰ ਜ਼ਿੰਦਾ ਰੱਖਣ ਦਾ ਤੇ ਉਹ ਹੈ ਸਿੱਧੂ ਮੂਸੇਵਾਲਾ ਦੇ ਗੀਤ। ਸਿੱਧੂ ਮੂਸੇਵਾਲਾ ਨੂੰ ਹਰ ਕੋਈ ਪਿਆਰ ਕਰਦਾ ਹੈ ਇਹ ਤਾਂ ਸਭ ਜਾਣਦੇ ਹੀ ਹਨ। ਇਹੀ ਵਜ੍ਹਾ ਹੈ ਕਿ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਹਰ ਕੋਈ ਉਹਨਾਂ ਨੂੰ ਆਪੋ ਆਪਣੇ ਤਰੀਕੇ ਦੇ ਨਾਲ ਯਾਦ ਕਰ ਰਿਹਾ ਹੈ ਤੇ ਉਹਨਾਂ ਦੇ ਕਈ ਵੀਡੀਓਜ਼ ਵੀ ਸੋਸ਼ਲ ਸਾਈਟ ਤੇ ਵਾਇਰਲ ਹੋ ਰਹੇ ਹਨ। ਤੁਹਾਨੂੰ ਇਹ ਵੀਡੀਓ ਕਿਵੇਂ ਦਾ ਲੱਗਿਆ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ।